14 ਕਿਲੋਮੀਟਰ ਦੀ ਦੂਰੀ ਤੇ ਭਗਵਾਨ ਭੋਲੇਨਾਥ ਜੀ ਦਾ ਪ੍ਰਾਚੀਨ ਸ਼ਿਵ ਮੰਦਿਰ, ਜਿਸ ਨੂੰ ਕਿ ਮੁਕਤੇਸ਼ਵਰ ਧਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਸੋ ਲੋਕਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਪਾਂਡਵਾਂ ਦੇ ਸਮੇਂ ਦਾ ਬਣਿਆ ਹੋਇਆ, ਜਿਸ ਵੇਲੇ ਪਾਂਡਵਾਂ ਨੂੰ ਕੌਰਵਾਂ ਦੇ ਵੱਲੋਂ ਬਨਵਾਸ ਦਿੱਤਾ ਗਿਆ ਸੀ, ਜਿਸ ਦੇ ਚਲਦੇ ਪੂਰੇ ਭਾਰਤ ਵਿੱਚ ਘੁੰਮਦੇ ਹੋਏ ਪਾਂਡਵ ਇਸ ਜਗ੍ਹਾ ਤੇ ਪਹੁੰਚੇ ਅਤੇ ਉੱਥੇ ਉਹਨਾਂ ਦੇ ਵੱਲੋਂ ਇੱਕ ਰਾਤ ਦੇ ਵਿੱਚ ਇਹ ਮੰਦਿਰ ਤਿਆਰ ਕੀਤਾ ਗਿਆ ਸੀ। ਇਸ ਮੰਦਿਰ ਦੇ ਵਿੱਚ ਬੜੇ ਭਾਰੀ ਮੇਲੇ ਲੱਗਦੇ ਹਨ ਅਤੇ ਇਕੱਲੇ ਭਾਰਤ ਵਿੱਚੋਂ ਨਹੀਂ ਪੂਰੇ ਵਿਸ਼ਵ ਦੇ ਵਿੱਚੋਂ ਭਗਵਾਨ ਭੋਲੇਨਾਥ ਦੇ ਭਗਤ ਇੱਥੇ ਆ ਕੇ ਮੱਥਾ ਟੇਕਦੇ ਹਨ। ਇਸ ਮੰਦਿਰ ਦੇ ਵਿੱਚ ਰੋਜ਼ਾਨਾ ਲੰਗਰ ਦਾ ਵੀ ਇੰਤਜ਼ਾਮ ਮੰਦਿਰ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਸ਼ਿਵਰਾਤਰੀ ਦੇ ਤਿਉਹਾਰ ਦੇ ਵਿੱਚ ਇਸ ਮੰਦਿਰ 'ਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਅਤੇ ਇਸ ਨੂੰ ਛੋਟਾ ਹਰਿਦੁਆਰ ਵੀ ਕਿਹਾ ਜਾਂਦਾ ਹੈ। ਨਮਸਕਾਰ ਦੋਸਤੋ, ਇੰਡੀਆ ਨੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵੇਲੇ ਖੜੇ ਹਾਂ ਪਠਾਨਕੋਟ ਦੇ ਲਾਲ ਲੱਗਦੇ ਮੁਕੇਸਰਾ ਧਾਮ ਦੇ ਵਿੱਚ। ਗੱਲ ਕੀਤੀ ਹੈ ਪ੍ਰਾਚੀਨ ਮੰਦਿਰ ਆ, ਕਾਫੀ ਸਮੇਂ ਪੁਰਾਣਾ ਮੰਦਿਰ ਆ। ਦੱਸਿਆ ਜਾਂਦਾ ਹੈ ਕਿ ਇੱਥੇ ਕਿਹੜਾ ਪਾਂਡਵਾਂ ਦਾ ਰਹਿਣਾ ਸੀ, ਇੱਥੋਂ ਕਿਹੜਾ ਹਰਿਦੁਆਰ ਦਾ ਰਸਤਾ ਵੀ ਨਿਕਲਦਾ। ਉਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕਿਹੜਾ ਸੋਹਣ ਮਹੀਨੇ ਵਿੱਚ ਆ, ਕਾਫੀ ਰਸ਼ ਹੁੰਦਾ ਔਰ ਕਾਫੀ ਦੂਰ ਦੁਰਾਂ ਤੋਂ ਸੰਗਤਾਂ ਆ ਕੇ ਇੱਥੇ ਕਿਹੜੀਆਂ ਬਾਬਾ ਜੀ ਦਰਸ਼ਨ ਵੀ ਕਰਦੇ। ਤਸਵੀਰਾਂ ਵੀ ਦੇਖ ਸਕਦੇ ਹੋ ਕਿ ਭੋਲੇਨਾਥ ਦੇ ਦਰਸ਼ਨ ਕਰਦੇ ਤਸਵੀਰਾਂ ਦੇ ਸੰਗਤਾਂ ਕਿਹੜੀ ਨਹੀਂ ਰੱਖਦੀਆਂ ਪਈਆਂ, ਹੋਰ ਕਿਹੜੇ ਕਾਫੀ ਦੂਰੋਂ ਦੁਰਾਂ ਤੋਂ ਲੋਕੀ ਵੀ ਆਉਂਦੇ। ਪ੍ਰਾਚੀਨ ਮੰਦਿਰ ਮੰਨਿਆ ਜਾਂਦਾ ਔਰ ਦੱਸਿਆ ਜਾਂਦਾ ਕਿ ਕੁਝ ਸਮੇਂ ਪਹਿਲੇ ਇੱਥੇ ਪਾਂਡਵ ਰਹਿੰਦੇ ਸੀ। ਜਦੋਂ ਕਿ ਇੱਥੇ ਪਾਂਡਵ ਰਹਿੰਦੇ ਸੀ, ਉਹਨਾਂ ਨੇ ਇੱਥੋਂ ਦੀ ਹਰਿਦੁਆਰ ਦਾ ਰਸਤਾ ਵੀ ਕਿਹੜਾ ਸਫਾਰ ਕੀਤੀ ਗਈ ਸੀ। ਗੁਫਾ ਦੇ ਵਿੱਚ ਤਸਵੀਰਾਂ ਵੀ ਦੇਖ ਸਕਦੇ ਹੋ, ਤਸਵੀਰਾਂ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹ ਦੂਰ ਦੂਰ ਤੋਂ ਸੰਗਤਾਂ ਆਈਆਂ ਔਰ ਦਰਸ਼ਨ ਕਰਦੇ ਪਈਆਂ। ਔਰ ਸਾਵਣ ਮਹੀਨੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਫੀ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਔਰ ਬਾਬਾ ਜੀ ਦਰਸ਼ਨ ਕਰਦੇ ਉਹ ਆਸ਼ੀਰਵਾਦ ਲੈਂਦੀਆਂ। ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਾਣਾਂਗੇ ਵੀ ਪੰਡਿਤ ਜੀ ਦਾ ਗੱਲਬਾਤ ਵੀ ਕਰਾਂਗੇ, ਪੁੱਛਾਂਗੇ ਕੀ ਇਤਿਹਾਸ ਹੈ ਇਸ ਮੰਦਿਰ ਦਾ। ਬੋਲ ਸ਼ੰਕਰ ਭਗਵਾਨ ਕੀ ਜੈ। ਮੇਰਾ ਨਾਮ ਪੰਡਿਤ ਹਰੀ ਕ੍ਰਿਸ਼ਨ ਸ਼ਾਸਤਰੀ ਹੈ, ਮੈਂ ਮੁਕਤੇਸ਼ਵਰ ਧਾਮ ਦਾ ਪੁਜਾਰੀ ਹਾਂ। ਆਜ ਸੇ 5,500 ਸਾਲ ਪਹਿਲੇ ਦੁਆਪਰ ਯੁੱਗ ਮੇ ਪਾਂਡਵੋਂ ਕੋ ਜਬ ਬਨਵਾਸ ਹੋ ਜਾ ਥਾ 12 ਸਾਲ ਕਾ, ਤੋ ਪੂਰੇ ਹਿੰਦੁਸਤਾਨ ਕਾ ਭ੍ਰਮਣ ਕਰਤੇ ਹੋਵੇ 12ਵੇਂ ਸਾਲ ਕੇ ਲਾਸਟ ਮੇ ਜਹਾਂ ਪਹੁੰਚੇ ਥੇ। 6 ਮਹੀਨੇ ਜਹਾਂ ਰਹੇ, ਜਬ ਤੱਕ ਕੀਆ 5 ਗੁਫਾ ਕਾ ਨਿਰਮਾਣ ਕੀਆ। ਵੋ ਮੰਦਿਰ ਸੇ ਲੇਕਰ ਮੇਰੇ ਪਿੱਛੇ ਤੱਕ ਇੱਕ ਹੀ ਗੁਫਾ ਹੈ। ਪਾਂਡਵੋਂ ਕੇ ਸਬਸੇ ਬੜੇ ਭਾਈ ਯੁਧਿਸ਼ਠਿਰ ਜੀ ਮਹਾਰਾਜ ਕੀ ਜੇ ਗੱਦੀ ਹੈ, ਜੇ ਉਨਕਾ ਅਖੰਡ ਦੂਣਾ ਹੈ। ਇਸ ਕੋ ਹਮ ਤੀਲੀ ਮਾਚਸ ਲਗਾ ਕੇ ਨਹੀਂ ਚਲਾਤੇ, ਇਸਮੇ ਆਗ ਰਾਤੀ ਹੈ। ਸੁਬਹ ਇਸਕੋ ਖੋਲੇਂਗੇ, ਲੱਕੜੀ ਲਗਾਏਂਗੇ, ਧੂਆਂ ਚਲੇਗਾ, ਫਿਰ ਆਪਣੇ ਆਪ ਹੀ ਆਗ ਆ ਜਾਏਗੀ। ਉਸਕੇ ਬਾਅਦ ਇਸਕੇ ਵਿੱਚ ਹਵਨ ਕਰੇਂਗੇ, ਫਿਰ ਇਸਕੋ ਬੰਦ ਕਰ ਦੇਂਗੇ। ਜੇ ਰੋਜ਼ ਕਾ ਕਾਮ ਹੈ ਹਮਾਰਾ। ਔਰ ਜੇ ਜੋ ਮੇਰੇ ਪਿੱਛੇ ਹੈ, ਜੇ ਦ੍ਰੋਪਦੀ ਮਾਤਾ ਨਾਮ ਸੇ ਰਸੋਈ, ਉਹ ਸਾਹਮਣੇ ਮੰਦਿਰ ਹੈ, 2 ਗੁਫਾ ਵੀ ਬਾਹਰ ਹੈ ਦੇਖਣੇ ਕੋ, ਇੱਕ ਧਿਆਨ ਕਕਸ਼ ਹੈ ਔਰ ਇੱਕ ਉਪਾਸਨਾ ਕਕਸ਼ ਹੈ। ਔਰ 2 ਗੁਫਾ ਜੋ ਔਰ ਸੀ, ਜੇ ਬੜੇ ਪਹਾੜ ਕੇ ਪਿੱਛੇ ਰਾਵੀ ਨਦੀ ਕੇ ਬੀਚ ਡੂਬ ਚੁੱਕੀ ਹੈ, ਸਮਾ ਚੁੱਕੀ ਹੈ, ਖੰਡਤ ਹੋ ਚੁੱਕੀ ਹੈ, ਜੇ ਮੁਕਤੇਸ਼ਵਰ ਧਾਮ ਹੈ। ਇਨਕੋ ਮੁਕਤੀ ਕਾ ਧਾਮ ਵੀ ਕਹਤੇ ਹੈ, ਇਨਕੋ ਜਹਾਂ ਮਿੰਨੀ ਹਰਿਦੁਆਰ ਵੀ ਕਹਤੇ ਹੈ, ਜਹਾਂ ਅਸਥੀਆਂ ਜਲ ਪ੍ਰਵਾਹ ਵੀ ਹੋਤੀ ਹੈ, ਪਿਤਰੋਂ ਕਾ ਪਿੰਡ ਦਾਨ ਵੀ ਜਹਾਂ ਹੋਤਾ ਹੈ, ਹਰ ਮੱਸਿਆ ਪਰ, ਸਰਾਧ ਪਰ, ਤਿਥ ਪਰ, ਵਿਸਾਖੀ ਪਰ, ਜਹਾਂ ਰਹਿਣੇ ਕੀ ਵੀ ਸੁਵਿਧਾ ਹੈ, ਜਹਾਂ ਹਰ ਸਮੇਂ ਲੰਗਰ ਹੈ। ਸੁਬਹਾ ਜਬ 9 ਵਜੇ ਸ਼ੁਰੂ ਹੋ ਜਾਤਾ ਹੈ, ਆਪ ਰਾਤ ਕੇ 10-11-12 ਵਜੇ ਵੀ ਆ ਜਾਓਗੇ ਤੋ ਆਪਕੋ ਮਿਲ ਜਾਏਗਾ, ਇਸਮੇ ਕੋਈ ਦੁਬਧਾ ਨਹੀਂ ਹੈ ਕਿ ਆਪਕੋ ਨਾ ਮਿਲੇ। ਔਰ ਸਬਸੇ ਵਿਸ਼ੇਸ਼ ਬਾਤ, ਭਗਵਾਨ ਸ਼ੰਕਰ ਜੀ ਨੇ ਜਹਾਂ ਪਾਂਡਵੋਂ ਕੋ ਜੀਤ ਪ੍ਰਾਪਤੀ ਕਾ ਆਸ਼ੀਰਵਾਦ ਦਿਆ ਥਾ, ਉਸਕੇ ਬਾਅਦ ਜੇ ਰਾਵੀ ਨਦੀ ਪਾਰ ਕਰਕੇ ਰਾਜਾ ਵਿਰਾਟ ਕੀ ਨਗਰੀ ਜੰਮੂ ਸਟੇਟ ਮੇ ਚਲੇ ਗਏ। ਅਖਨੂਰ ਚਨਾਬ ਨਦੀ ਕੇ ਉਪਰ 1 ਸਾਲ ਕਾ ਜੋ ਅਗਿਆਤ ਵਾਸਤਾ ਉਨਕੋ ਉਨ੍ਹਾਂ ਨੇ ਵਹਾਂ ਕਾਟਾ ਥਾ।
आप पीछे मुड़ के देख लो मंदिर की तरफ, मंदिर के मत्थे के ऊपर टिक्के लगा रखे हमने नौ, ये नौ देवियों के दर्शन है। ये बहुत बड़ा टिक्का लगाया जो है बाबा भैरवनाथ जी महाराज, ये पीछे चुनरी टांगी है, ये है माता कमला देवी जो कि लक्ष्मी माता नाम से, दुर्गा नाम से, काली नाम से और वैष्णवी नाम से जानी जाती है। आप इनको थोड़ा ध्यान से देखोगे, इनके सिर के ऊपर नाग देवता जी विराजमान है। अभी जब आप बाहर निकलोगे, बाहर वाली गुफा के दर्शन करोगे, ध्यान कक्ष वाली गुफा के, उस गुफा के अंदर सीधे जाना और उसकी सत को देखना, उसमें श्री जंतर बना हुआ है, लक्ष्मी माता का जंतर, उसके नीचे बैठकर पांडु ध्यान लगाते थे, यहाँ करोड़ों गुणा फल की प्राप्ति मिलती है। एक विशेष बात और, जो जहाँ तीन अमावस्या लगातार स्नान करता है उसको हर द्वार के बराबर पुण्य का फल प्राप्त होता है। बोल शंकर भगवान की जय। पंडित जी पुरानी गल की, लगान तो पहला मंदिर देखिए हालात से, पुराना मंदिर जो था आज से कोई 25-30 साल पहले, वो तो जैसे जंगल में टेढ़ा मेढ़ा रास्ता होता है, उस रास्ते से लोग आते जाते थे, और तब तो लोग कोई कोई यहाँ मतलब जैसे अभी हजारों की गिनती में आ रहे हैं, तो उस समय तो 10-20-50 लोग सारे दिन में आते थे। गल की किन्ने पौड़ियां गिनिया आना जाना? लगभग 350+ जो सीढ़ी है आने की, 350+ जाने की, ये 700 पौड़ी बनती है। पुरानी पौड़ी चलती भी नवी तैयार की गई, जो सीढ़ियां नीचे टूट गई हैं आदि वो नई बन गई हैं, और जो रह गई हैं वो 10-20 पौड़ी, वो भी बहुत जल्दी 1 महीने के अंदर। कुछ लोग भी साढ़े नाल जुड़े है, मंदिर दे विच दर्शन करन वास्ते आए, उन्हां नाल भी गलबात करन दी कोशिश करो, जानने दी कोशिश करो, की कहना हुंदा सर, की नाम है जी? सारिआं नूं ते पहलां जय श्री राम, राम राम, सत श्री अकाल। मेरा नाम जी नितिन शर्मा। सर केड़ी जगह ते बैठना? सर मेरा बेसिकली जिहड़ा मैं निवास स्थान हैगा, मेरा पिंड भोए दा मैं रहण वाला, डिस्ट्रिक्ट पठानकोट दे विच ही पैंदा है, भोआ कंस्टीट्यूएंसी हैगी हल्का भोए दा। मैं चाहवांगा तुहाडे कैमरामैन नूं कि तुसीं इहदे उपरली स्ट्रक्चर ते सर फोकस करो एक बारी, कैमरामैन नूं मैं चाहवांगा उपर तों दिखाओ, इह कोई भी जिहड़ी जिहड़ी पिक्स लईआं होईआं है ए, मतलब की कोई डिजाइन नहीं है, इट्स टोटली मतलब आर्किटेक्चर है। आज तो 5500 साल पुराना इतिहास है इस मंदिर का। इस मंदिर का नाम है जी मुक्तेश्वर धाम। इहदा अपने शास्त्र ग्रंथां दे विच भी इस मंदिर का जिहड़ा है वो उद्बोधन मिलता है। सैकेंड थिंग है कि पांडवों ने जदों उन्हां नूं अज्ञातवास मिलिया सीगा 12 वर्ष का, ते 1 वर्ष का अज्ञातवास मिलिया सीगा, 12 वर्ष का वनवास सीगा, 1 वर्ष का अज्ञातवास मीनस की अपना वेश जो छुपा के रखना, जिदा अर्जुन सीगा गंडीवधारी किन्नर बन के रहना पिया है खुसरा, उन्हें अपना वेश छुपाया। सेम मतलब पंजा पांडवों ने अपना वेश छुपाया होया, तो फिर ओह जी जगह लभदे ही कि जिथे कोई सुन सान, जिथे सानू गौरव पहचान ना पा। सो यह जंगली इलाका उन्होंने इन्हें स्टोन कट कट के गुफा बनाई। पांडवों की गुफा है, ठीक है जी, द्रौपदी की रसोई है, और सामने भोले बाबा बैठे हैं। ये भोले बाबा मतलब कि उन्होंने स्थापित पांडवों ने किया कि हे प्रभु इस अज्ञातवास के समय साड़ी रक्षा करना, क्योंकि भोले बाबा का एक नाम है विश्वंबर वर, जो पूरे विश्व का रक्षण पोषण करते हैं, और उन्होंने सीगा कि आप 12 वर्ष के वनवास कट लिया, जे 1 साल अज्ञातवास के सू फे सू फिर 12 साल का वनवास मिला। सो दैट्स वाई वो अपने आप को
ਮਤਲਬ ਕਿ ਉਹਨਾਂ ਨੇ ਵੇਸ ਚੇਂਜ ਕੀਤੇ ਹੋਏ ਸੀਗੇ। ਫੋਨ ਨੂੰ ਸਵਿਚ ਆਫ ਕਰਕੇ ਤੁਸੀਂ ਬਸ ਕੁਛ ਨੀ, ਕੋਈ ਨਮਰ ਸ਼ਿਵਾਏ ਨੀ, ਸਿੰਪਲ ਐਜ ਇਟ ਇਜ ਸੁਖਾਸਨ ਚ ਬੈਠੋ, ਹੱਥ ਇੱਦਾਂ ਕਰ ਲਓ, ਆਈਸ ਕਲੋਜ਼, ਦੈਟਸ ਇਟ। ਤੁਹਾਨੂੰ ਖੁਦ ਇੱਥੇ ਆ ਕੇ ਉਹ ਵਾਈਸ ਮਿਸ਼ਨ, ਕਿਉਂਕਿ ਇੱਥੋਂ ਦੇ ਨਾਮ, ਇਹਦਾ ਨਾਮ ਮੁਕਤੇਸ਼ਵਰ, ਜਿੱਥੇ ਆ ਕੇ ਬੰਦਾ ਮੁਕਤ ਹੋ ਜਾਂਦਾ। ਇੱਥੇ ਮਹਾਰਾਜ ਹੁਣ ਤੇ ਜਿਹੜਾ ਬੰਦਾ ਹਰਿਦੁਆਰ ਗਰੀਬ ਨਹੀਂ ਜਾ ਸਕਦਾ, ਆਪਣੇ ਅਸਥੀਆਂ ਅਸਥੀਆਂ ਦਾ ਵਿਸਰਜਨ ਇੱਥੇ ਕਰਦੇ ਆ ਗਿਆ ਵਿੱਚ। ਠੀਕ ਹੈ ਜੀ, ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ, ਹਰ ਹਰ ਮਹਾਦੇਵ।